ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹੁਣੇ-ਹੁਣੇ ਕੰਗਨਰਨੋਤ ਬਾਰੇ ਆਈ ਵੱਡੀ ਮਾੜੀ ਖਬਰ ਹੁਣ ਪੈ ਗਿਆ ਇਹ ਨਵਾਂ ਪੰਗਾ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਨਰਲ ਨੇ ਚੱਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਬਾਲੀਵੁੱਡ ਦੀ ਅਦਾਕਾਰ ਕੰਗਨਰਨੋਤ ਬਾਰੇ ਇੱਕ ਵਾਰ ਫਿਰ ਮੁਸ਼ਕਲਾਂ 'ਚ ਹੈ ਕੰਗਨਰਨੋਤ 19 April ਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਕਿਹਾ ਗਿਆ ਹੈ ਦੱਸ ਦੇਗੀ ਕੰਗਨਣਾ ਨੇ ਬਠਿੰਡੇ ਦੇ ਪਿੰਡ ਭਾਦਰਗ ਜੰਡੀਆਂ ਦੀਸ 80 ਸਾਲਾਂ ਮਹਿਲਾ ਕਿਸਾਨ ਮਹਿੰਦਰ ਕੁਬੜ ਟਵੀਟ ਕੀਤਾ ਸੀ ਅਤੇ ਕਿਸਾਨ ਧਰਨੇ 'ਚ ਸ਼ਾਮਲ ਹੋਣ ਲਈ ਬਜ਼ੁਰਗੋੜਤ ਨੂੰ 10000 ਰੁਪਏ ਲੈਣ ਵਾਲੀ ਦਸਤਾਗੇਸੀਮ ਤੇ ਜਿਸ ਦੇ ਖਿਲਾਫ ਮਹਿੰਦਰ ਕੋ ਨਿਬਠਿੰਡਾ ਦਾਲ ਦੇ ਵਿੱਚ ਮਹਾਮਾਨੀ ਦਾ ਕੇਸ ਦਰਜ ਕਰਤਮ 13 ਮਹੀਨੇ ਬਾਅਦ ਸੰਮਨ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ਤੇ ਵਕੀਲ ਦਾ ਕਹਿਣਾ ਹੈ ਕਿ ਚਾਰਜ ਨੇ 2021 ਨੂੰ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਕਰੀਬ 13 ਮਹੀਨੇ ਚੱਲੀ ਹੁਣ ਅਦਾਲਤ ਨੇ ਕੰਗਣਾ ਨੂੰ ਸੰਮਨ ਜਾਰੀ ਕੀਤਾ ਹੈ ਉਸ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਕੰਗਨਰਨੋਤ ਨੇ ਕਿਸਾਨ ਅੰਦਲਨ ਦੀ ਸ਼ਾਮਲ ਇੱਕ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝਿਆ ਜੋ ਸ਼ਾਹੀਨ ਬਾਗ ਵਿੱਚ ਸਈਵ ਵਿਰੁੱਧ ਪ੍ਰਦਰਸ਼ਨ ਦਾ ਚਿਹਰਾ ਰਹੀ ਹੈ ਮਹਿੰਦਰਕੌਰ ਨੇ ਕਿਹਾ ਹੈ ਕਿ ਕੰਗਣਾ ਵੱਲੋਂ ਉਸ ਦੀ ਤੁਲਨਾ ਕਿਸੇ ਹੋਰ ਔਰਤ ਨਾਲ ਕੀਤੇ ਜਾਣ ਦੇ ਵਿੱਚ ਉਸ ਨੂੰ ਮਾਨਸਿਕ ਪਰੇਸ਼ਾਨੀ ਹੋਈ ਪਰਿਵਾਰਕ ਮੈਂਬਰ ਰਿਸ਼ਤੇ ਆਂਡੂਗੜ ਪਿੰਡ ਵਾਸੀਆਂ ਤੇ ਲੋਕਾਂ ਵੱਲੋਂ ਉਹਨਾਂ ਦਾ ਅਸਰ ਖਰਾਬ ਹੋਇਆ ਖਬਰਾਂ ਦਾ ਅਸਰ ਦੇਖਣ ਲਈ ਤੁਹਾਡਾ ਬਹੁਤ ਬਹੁਤ